ਫਿਰੋਜ਼ਪੁਰ ਦੇ ਪਿੰਡ ਮੱਬੋਕੇ ਵਿਖੇ ਬੀਤੀ ਰਾਤ ਪੁਰਾਣੀ ਰੰਜਸ਼ ਤਹਿਤ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ ਦਾ ਨਾਂ ਕਾਰ ਸਿੰਘ ਪੁੱਤਰ ਰਾਜਵੰਤ ਸਿੰਘ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ 20 ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ। ਦੇਰ ਰਾਤ ਸਰੇਆਮ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਕਾਰਜ ਨਾਂ ਦੇ ਵਿਅਕਤੀ 'ਤੇ ਸਰੇਆਮ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਉੱਪਰ 10 ਗੋਲੀਆਂ ਚੱਲੀਆਂ ਹਨ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਉਸਦਾ ਭਰਾ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ ਅਤੇ ਕਾਤਲ ਮੌਕੇ 'ਤੇ ਹੀ ਫਰਾਰ ਹੋ ਗਏ ਹਨ। ਉਧਰ ਪੁਲਿਸ ਦੇ ਉੱਚ ਅਧਿਕਾਰੀ ਅਤੇ ਥਾਣਾ ਮੁਖੀ ਵੱਲੋਂ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪੀਟਲ ਭਰਤੀ ਕਰਵਾਇਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਕਿੰਨੇ ਮੁੰਡੇ ਹੈਗੇ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ? ਡੈਥ ਕਿੰਨੀ ਹੋਈ ਹੈ? ਉਹ ਤੁਹਾਡੇ ਕੀ ਲੱਗਦੇ ਸੀਗੇ? ਤੁਹਾਡੇ ਵੀ ਉਹ ਲੱਗੀ ਹੈ? ਸਰ ਮੇਰੇ ਵੀ ਪਾਪਾ ਮਾਰੇ, ਬੈਸਲੋ ਮਾਰੇ। ਕੀ ਨਾਮ ਹੈ ਤੁਹਾਡਾ? ਤਾਂ ਪੁਰਾਣੀ ਰੰਜਿਸ਼ ਸੀਗੀ ਸਰ? ਪੁਰਾਣੀ ਮਾੜੀ ਮੋਟੀ ਰੰਜਿਸ਼ ਸੀ ਕੋਈ ਜ਼ਿਆਦਾ ਨਹੀਂ। ਮ੍ਰਿਤਕ ਨੌਜਵਾਨ ਕਿੰਨੀ ਉਮਰ ਦਾ ਸੀ? 32 ਸਾਲ ਦੀ। ਕੀ ਨਾਮ ਸੀ? ਸਾਨੂੰ ਕਿਵੇਂ ਘਟਨਾ ਕਿਵੇਂ ਸਿੰਘ ਮਾੜੀ ਮੋਟੀ ਜਿਹੜਾ ਪਹਿਲਾਂ ਚੱਲਦੀ ਸੀ ਕਿਤੇ ਆਵੀ ਦੀ, ਇਹਨਾਂ ਨੂੰ ਪਤਾ ਸੀ ਮੇਲਾ ਵੇਖਣ ਗਏ, ਉਹ ਆਣ ਕੇ ਬੰਦੇ ਇਕੱਠੇ ਕਰਕੇ ਇੱਥੇ ਬੈਠੇ ਸੀ ਰਾਹ ਡੱਕੇ। ਹੁਣ ਭੋਲ ਸੀ ਉਹਨਾਂ ਫੜ ਕੇ ਇੱਥੇ ਹੁਣ ਕੇ ਆਉਂਦੇ, ਉਹ ਮਾਂ ਦੀ ਨੀਂਦਰਾਂ ਪਹਿਲਾਂ ਬੈਠੇ, ਉਹਨਾਂ ਸਿੱਧੇ ਸਿਰ 'ਚ ਪੈਰ ਮਾਰਿਆ, ਬਾਕੀ ਢਿੱਡ 'ਚ ਮਾਰੇ ਨੇ, ਉਹਨਾਂ ਸਿੱਧਾ ਮਾਰ ਕੇ ਅਤੇ ਬਸ ਇਹ ਬਾਈ ਛਡਾਉਣ ਲੱਗਾ। ਇੱਥੇ ਪਹਿਲੇ ਮਾਰਿਆ ਇੱਕ ਹੋਰ ਸਿੱਖ ਦੇ ਪੈਰ ਵੱਜਾ, ਇੱਥੇ ਉਹ ਸਾਰਾ ਵੱਜਾ ਵਾ। ਰਾਜ ਸਿੰਘ ਤੇ ਦੋਨਾਂ ਟੇਲੂ ਮਲ ਚ ਰਹਿੰਦੇ ਨੇ, ਤਹਿਸੀਲ ਤੇ ਡਿਸਟ੍ਰਿਕਟ ਫਿਰੋਜ਼ਪੁਰ ਤੇ ਮਮਦੂਰ ਥਾਣਾ ਪੈਂਦਾ ਉਹਨਾਂ ਨੂੰ। ਡੈਡੀ ਆਏ ਸੀਗੇ? ਹਾਂਜੀ, ਸਿੱਧਾ ਬੋਡੀ ਸਿਰ ਮੋਚੀ ਲਿਖਵਾਉਣ ਆਏ ਸੀਗੇ ਤੇ ਉਹਨਾਂ ਨੇ ਪਰਚੀ ਕਟਾ ਕੇ ਬੋਡੀ ਮੋਚੀ ਲਿਖਵਾ ਦਿੱਤੀ। ਕਾਰ ਸਿੰਘ ਦੇ ਉੱਤੇ ਜਿਹੜਾ ਇੱਥੇ ਅਟੈਕ ਕੀਤਾ ਗਿਆ ਵੱਖ ਵੱਖ ਪਿੰਡਾਂ ਦੇ ਕੋਈ ਬੰਦਿਆਂ ਵੱਲੋਂ, ਜਿਹਦੇ ਵਿੱਚ ਕਾਰ ਸਿੰਘ ਦੇ ਫਾਇਰ ਵੱਜਣ ਕਰਕੇ ਜ਼ਖਮੀ ਹੋਣ ਕਾਰਨ ਜਿਹਦੀ ਮੌਤ ਹੋ ਗਈ, ਜਿਹੜੀ ਡੈਡ ਬੋਡੀ ਜਿਹੜੀ ਆ ਇਸ ਵੇਲੇ ਜਿਹੜੀ ਸਿਵਲ ਹੋਸਪਿਟਲ ਫਿਰੋਜ਼ਪੁਰ ਵਿੱਚ 30 ਸਾਲ ਦਾ, ਉਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਉਹਦੇ ਕਰਕੇ। ਅਜੇ ਜੋ ਅਜੇ ਦੇ ਇਸ ਬਾਰੇ 'ਚ ਵੈਰੀਫਾਈ ਕਰ ਰਹੇ ਹਾਂ ਕਿ ਕਿੰਨੇ ਕੁ ਲੋਕ ਜਿੰਨੇ ਵੀ ਹੋਣਗੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ।